ਅਸੀਂ ਤਖਤਾਂ ਦੇ ਲਈ ਨਹੀਂ, ਅਸੀਂ ਵਕਤਾਂ ਦੇ ਮਾਰੇ ਲੜਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਅਸੀਂ ਤੁਹਾਡੀ ਆਪਣੀ ਬਲਾਸਟ ਜੋੜੀ। ਸੋ ਤੁਸੀਂ ਦੇਖਿਆ ਹੋਣਾ, ਕੱਲ ਅਸੀਂ ਇੱਕ ਰੀਲ ਪੋਸਟ ਕੀਤੀ ਸੀ ਪਾਨੇ ਸਿੱਧੂ ਬਾਈ ਦੇ ਲਈ ਕਿ ਉਹਨਾਂ ਨੂੰ ਆਪਣੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ। ਸੋ ਸਾਰਿਆਂ ਨੇ ਬਾਈ ਦਾ ਸਾਥ ਵੀ ਦਿੱਤਾ ਅਤੇ ਰਾਤੀ ਬਾਈ ਨੇ ਬਾਈ ਦੀ ਜ਼ਮਾਨਤ ਮਨਜ਼ੂਰ ਹੋ ਗਈ ਸੀ। ਅੱਜ ਬਾਈ ਨੇ 3:30 ਵਜੇ ਬਾਹਰ ਆਉਣਾ ਸੀ। ਸੋ ਬਹੁਤ ਦੁੱਖ ਦੀ ਗੱਲ, ਇੱਕ ਹੋਰ ਬਾਈ 'ਤੇ ਚੋਰੀ ਦਾ ਪਰਚਾ ਪੈ ਗਿਆ, ਪੈ ਚੁੱਕਿਆ ਅਤੇ ਪਟਿਆਲਾ ਪੁਲਿਸ ਬਾਈ ਨੂੰ ਅਰੈਸਟ ਕਰਕੇ ਲੈ ਗਈ ਆ। ਅਤੇ ਸਾਰਿਆਂ ਅੱਗੇ ਫੇਰ ਹੱਥ ਜੋੜ ਕੇ ਬੇਨਤੀ ਆ, ਬਾਈ ਬਣ ਕੇ ਇਕੱਠੇ ਹੋ ਜਾਓ, ਇੱਕਜੁੱਟ ਹੋ ਕੇ ਬਾਈ ਦਾ ਸਾਥ ਦਿਓ। ਸਾਰੇ ਸਾਰੇ ਭਰਾਵਾਂ ਨੂੰ ਜਿਹੜੇ ਸਾਨੂੰ ਪਿਆਰ ਕਰਦੇ ਆ, ਉਹਨਾਂ ਨੂੰ ਵੀ, ਜਿਹੜੇ ਪਿਆਰ ਸਾਨੂੰ ਨਹੀਂ ਕਰਦੇ ਉਹਨਾਂ ਨੂੰ ਵੀ। ਸੋ ਸਭ ਤੋਂ ਵੱਡੀ ਗੱਲ ਇੱਕ ਹੋਰ, ਕੱਲ੍ਹ ਸਾਨੂੰ ਕਾਫੀ ਫੋਨ ਆਏ ਵੀ ਤੁਹਾਡੇ ਨਾਲ ਆ, ਅਸੀਂ ਬਾਈ ਦੇ ਨਾਲ ਆ, ਹੈ ਨਾ। ਅਤੇ ਇੱਕ ਮਹੰਤ ਬਾਬਾ ਜੀ ਜਿਨ੍ਹਾਂ ਦਾ ਮੈਨੂੰ ਕਾਲ ਆਈ ਵੀ ਹਾਂ ਤੁਹਾਡੇ ਨਾਲ ਆ, ਅਸੀਂ ਜਿੱਥੇ ਕਹੋਗੇ ਉੱਥੇ ਖੜਨ, ਸਾਡੇ ਨਾਲ ਨਹੀਂ ਸਾਨੂੰ ਬਾਈ ਦੇ ਨਾਲ ਖੜਨ ਦੀ ਲੋੜ ਆ। ਸੋ ਭਾਨੇ ਸਿੱਧੂ ਬਾਈ ਦਾ ਸਾਥ ਦਿਓ, ਸਾਰੇ ਇਕੱਠੇ ਹੋ ਕੇ ਬਾਈ 'ਤੇ ਬਾਈ ਦਾ ਸਾਥ ਦਿਓ ਜ਼ਰੂਰ ਸਾਰੇ। ਅਤੇ ਦੁਆ ਕਰੋ ਕਿ ਉਹ ਦੁਬਾਰਾ ਤੋਂ ਆਪਣੇ ਵਿੱਚ ਹੁਣ ਆਪਾਂ ਉਹਨਾਂ ਨੂੰ ਰੀਅਲ 'ਚ ਦੇਖੀਏ, ਕਿਉਂਕਿ ਕਈ ਜਗ੍ਹਾ 'ਤੇ ਦਵਾ ਕੰਮ ਨਹੀਂ ਕਰਦੀ, ਦੁਆਵਾਂ ਕੰਮ ਕਰਦੀਆਂ ਨੇ। ਸੋ ਸਾਰੇ ਜਣੇ ਅਰਦਾਸ ਕਰੋ ਬਾਈ ਜਲਦੀ ਤੋਂ ਜਲਦੀ ਬਾਹਰ ਆਵੇ ਅਤੇ ਇੱਦਾਂ ਹੀ ਆਪਣੇ ਦੁੱਖ ਸੁੱਖ 'ਚ ਖੜਦਾ ਰਹੇ। ਥੈਂਕ ਯੂ ਸਾਰਿਆਂ ਦਾ, ਧੰਨਵਾਦ।